ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਯੂਨਾਈਟਿਡ ਸਿੱਖ ਪਾਰਟੀ ਵੱਲੋਂ ਸ਼ਹੀਦੀ ਜੋੜ ਮੇਲੇ ਦੌਰਾਨ ਪੂਰਨ ਤੌਰ ਉੱਤੇ ਸ਼ਰਾਬ, ਭੰਗ ਅਤੇ ਨਸ਼ੀਲੇ ਪਦਾਰਥਾਂ ਦੀ ਰੋਕ ਲਈ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਜੇ ਕੇ ਜੈਨ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਯੂਨਾਈਟਿਡ ਸਿੱਖ ਪਾਰਟੀ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਰਾਜਪੁਰਾ ਨੇ ਆਖਿਆ ਕਿ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਇਸ ਸ਼ਹੀਦੀ ਜੋੜ ਮੇਲੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਨੇ। ਇਸ ਲਈ ਇਸ ਪਵਿੱਤਰ ਦਿਹਾੜੇ ਮੌਕੇ ਸ਼ਰਾਬ ਤੇ ਠੇਕਿਆਂ ਦਾ ਖੁੱਲ੍ਹਾ ਹੋਣਾ ਅਤੇ ਸ਼ਰੇਆਮ ਭੰਗ ਤੇ ਹੋਰ ਨਸ਼ੇ ਵੇਚੇ ਜਾਣਾ ਸੰਗਤਾਂ ਦੀ ਭਾਵਨਾ ਨੂੰ ਠੇਸ ਪਹੁੰਚਾਉਂਦਾ ਹੈ। ਇਸ ਲਈ ਉਹਨਾਂ ਮੰਗ ਕੀਤੀ ਹੈ ਕਿ ਇਸ ਜੋੜ ਮੇਲੇ ਦੌਰਾਨ ਇਸ ਤਰ੍ਹਾਂ ਦੀਆਂ ਵਸਤਾਂ ਉੱਤੇ ਪੂਰਨ ਤੌਰ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ। ਆ ਮੰਗ ਪੱਤਰ ਦਿੱਤਾ ਤਾਂ ਕਿ ਜਿਹੜੀ ਸ਼ਹੀਦਾਂ ਦੀ ਪਾਕ ਪਵਿੱਤਰ ਧਰਤੀ ਹੈ ਉਹਨਾਂ ਦੀ, ਦੇਖੋ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸ ਦੁਨੀਆ ਦੇ ਲਈ, ਮੁਲਕ ਦੇ ਲਈ ਆਪਣੇ ਜਿਹੜੇ ਚਾਰੋਂ ਪੁੱਤਰ ਵਾਰਤੇ ਅਤੇ ਇੱਥੇ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਉਹ ਧਰਤੀ ਦੇ ਦਰਸ਼ਨ ਕਰਨ ਆਉਂਦੀ ਹੈ, ਪਰ ਉਦੋਂ ਮੈਨੂੰ ਬੜਾ ਧੱਕਾ ਲੱਗਦਾ ਜਦੋਂ ਇੱਥੇ ਸ਼ਰਾਬ ਦੀ ਦੁਕਾਨਾਂ, ਮੀਟ ਦੀ ਦੁਕਾਨਾਂ ਅਤੇ ਤੰਬਾਕੂ ਜਿਹੜਾ ਸ਼ਰੇਆਮ ਵੇਚਿਆ ਜਾਂਦਾ ਅਤੇ ਸਿੱਖ ਭਾਵਨਾਵਾਂ ਨੂੰ ਜਿਹੜੀ ਉਹ ਬੜੀ ਠੇਸ ਪਹੁੰਚਦੀ ਹੈ। ਅਸੀਂ ਅਜੇ ਯੂਨਾਈਟਿਡ ਸਿੱਖ ਪਾਰਟੀ ਵੱਲੋਂ ਸਰਕਾਰ ਨੂੰ ਮੰਗ ਪੱਤਰ ਦਿੱਤਾ ਕਿ ਇੱਥੇ ਜਿਹੜੀ ਦੁਕਾਨਾਂ ਨੇ, ਸ਼ਰਾਬ ਦੇ ਠੇਕੇ ਨੇ, ਉਹ ਬੰਦ ਕਰਵਾਏ ਜਾਣ। ਅਸੀਂ ਅੱਜ ਪੁਰਜ਼ੋਰ ਅਪੀਲ ਕਰਦੇ ਹਾਂ ਸਿੱਖ ਸੰਗਤ ਨੂੰ ਵੀ ਬਿਲਕੁਲ ਇੱਥੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਨਸ਼ੇ ਦੀ ਦੁਕਾਨਾਂ ਨੇ ਨਾ ਖੁੱਲ੍ਹਣ ਦਿੱਤੀਆਂ ਜਾਣ, ਤਾਂ ਕਿ ਜਿਹੜਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਅਸੀਂ ਪੂਰੇ ਜਿਹੜੇ ਸ਼ਰਧਾ ਦੇ ਜਿਹੜੇ ਫੁੱਲ ਹੈ ਉਹ ਭੇਟ